ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜਾ ਸਾਡੇ ਨਾਲ ਨੇ। ਜਾਖੜ ਸਾਹਿਬ, ਜੋ ਤੁਸੀਂ ਪੰਜਾਬ ਦੀ ਕਿਸਾਨੀ ਦੇ ਮੁੱਦੇ ਤੇ ਚੱਕਰੇ, ਇਸ ਬਾਰੇ ਕੀ ਰਣਨੀਤੀ ਅੱਗੇ ਲੈ ਕੇ ਆ ਰਹੇ ਹੋ? ਸਾਡੀ ਰਣਨੀਤੀ ਆਲਰੇਡੀ ਕੈਪਟਨ ਅਮਰਿੰਦਰ ਸਿੰਘ ਜੀ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਜਾ ਰਹੇ ਆ, ਪੰਜਾਬ ਸਾਰੀ ਕਾਂਗਰਸ ਇਕੱਠੀ ਹੋ ਕੇ 10ਵੀਂ ਮੀਟਿੰਗ ਅਸੀਂ ਕੱਲ੍ਹ ਕਰਨ ਜਾ ਰਹੇ ਹਾਂ। ਲੋਕਾਂ ਨੂੰ ਇਹਨਾਂ ਸਾਰੇ ਮਸਲਿਆਂ ਤੋਂ ਗੰਭੀਰ ਮੁੱਦੇ ਹੈ, ਲੋਕਾਂ ਨੂੰ ਅਵੇਅਰ ਕਰਾ ਰਹੇ ਹਾਂ, ਲੋਕਾਂ ਦਾ ਜਨਮਤ ਜਿਹੜਾ ਇਹਦੇ ਨਾਲ ਬਣ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਾਂਗੇ ਵੀ ਇਹਨਾਂ ਮੁੱਦਿਆਂ ਤੋਂ ਅਸੀਂ ਸਰਕਾਰ ਨੂੰ ਭੱਜਣ ਨਹੀਂ ਦੇਣਾ। ਮਾਈਨਿੰਗ ਜਿਹੜੀ ਹੋ ਰਹੀ ਹੈ ਪੰਜਾਬ 'ਚ ਬੇਦੌਰ, ਮਾਈਨਿੰਗ ਦਾ ਤਾਂ ਮੁੱਦਾ ਹੈ ਹੀ ਹੈ ਜਿਹੜਾ ਪੰਜਾਬ ਦੇ ਲੁੱਟ ਅਕਾਲੀ ਬੀਜੇਪੀ ਮਿਲ ਕੇ ਕਰ ਰਹੀ ਹੈ, ਪਰ ਸਭ ਤੋਂ ਵੱਡਾ ਜਿਹੜਾ ਮੇਨ ਮੁੱਦਾ ਪੰਜਾਬ ਦੇ ਕਿਸਾਨੀ ਦਾ ਹੈ ਵੀ ਲੋਕਾਂ ਦੀ ਜ਼ਮੀਨ ਅਕੁਆਇਰ ਕਰਨ ਨੂੰ ਜੋ ਸਰਕਾਰ ਅਕਾਲੀ ਦਲ ਉਹਨਾਂ ਦੇ ਨਾਲ ਜਾ ਕੇ ਵੋਟਿੰਗ ਕਰਕੇ ਆਇਆ ਬੀਜੇਪੀ ਦੇ ਨਾਲ, ਉਹ ਲੋਕਾਂ ਦੇ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਤੇ ਮਾਈਨਿੰਗ ਬਾਕੀ ਤਾਂ ਸਾਰੇ ਚੱਲ ਰਹੀ ਹੈ ਪੰਜਾਬ 'ਚ, ਖੁਦ ਡਿਪਟੀ CM ਸਾਹਿਬ ਦੇ ਆਪਣੇ ਇਲਾਕੇ ਹਲਕੇ ਦੇ ਅੰਦਰ ਜਲਾਲਾਬਾਦ ਦੇ ਅੰਦਰ ਇਲੀਗਲ ਮਾਈਨਿੰਗ ਤਾਂ ਸਰੇਆਮ ਚੱਲ ਰਹੀ ਹੈ, ਜਿਹਦਾ ਅੱਜ ਤਾਈਂ ਕੋਈ ਨੋਟਿਸ ਉਹਨਾਂ ਨੇ ਲਿਆ ਵਿਧਾਨ ਸਭਾ 'ਚ ਉਠਾਉਣ ਦੇ ਬਾਵਜੂਦ। ਡਿਪਟੀ CM ਸਾਹਿਬ ਨੇ ਮੈਨੂੰ ਆਸ਼ਵਾਸਨ ਦਿੱਤਾ ਸੀਗਾ ਵੀ ਮੈਂ ਉਹਨੂੰ ਰੁਕੂੰਗਾ, ਪਰ ਅੱਜ ਤਾਈਂ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਸਰ, ਜਿਹੜਾ ਏਮਜ਼ ਦਾ ਮੁੱਦਾ, ਏਮਜ਼ ਨੂੰ ਬਠਿੰਡੇ ਲਿਜਾਇਆ ਜਾਏ? ਦੇਖੋ ਸਾਹਿਬ, ਏਮਜ਼ ਦਾ ਮੁੱਦਾ ਪੰਜਾਬ ਨੂੰ ਇੱਕ ਬਹੁਤ ਇੰਸਟੀਚਿਊਟ ਦੀ ਜ਼ਰੂਰਤ ਸੀ, ਅਸੀਂ ਉਸ ਗੱਲ ਦੀ ਸ਼ਲਾਘਾ ਕਰਦੇ ਹਾਂ ਵੀ ਏਮਜ਼ ਆਇਆ। ਬਠਿੰਡੇ ਲੱਗੇ, ਜਲੰਧਰ ਲੱਗੇ, ਦੈਟ ਆਫ ਕੋਰਸ ਚੀਫ ਮਿਨਿਸਟਰ ਪ੍ਰੈਰੋਗੇਟਿਵ, ਬਟ ਚੀਫ ਮਿਨਿਸਟਰ ਸਾਹਿਬ ਨੂੰ ਇਹ ਵੀ ਰਿਅਲਾਈਜ਼ ਕਰਨਾ ਚਾਹੀਦਾ ਵੀ ਉਹ ਚੀਫ ਮਿਨਿਸਟਰ ਇਕੱਲੇ ਆਪਣੇ ਮੁਕਤਸਰ ਸਾਹਿਬ ਦੇ ਨਹੀਂ, ਆਪਣੇ ਉਸ ਇਲਾਕੇ ਦੇ ਨਹੀਂ, ਪੂਰੇ ਪੰਜਾਬ ਦੇ ਚੀਫ ਮਿਨਿਸਟਰ ਹੈਗੇ, ਅਤੇ ਉਹਨਾਂ ਨੂੰ ਬਣਦੀ ਹਰੇਕ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਧਿਆਨ ਦੇਣਾ ਚਾਹੀਦਾ। ਕੈਪਟਨ ਸਾਹਿਬ ਦੀਆਂ ਰੈਲੀਆਂ 'ਚੋਂ ਬਾਜਵਾ ਸਾਹਿਬ ਲਗਾਤਾਰ ਗੈਰ ਹਾਜ਼ਰ, ਬਾਜਵਾ ਸਾਹਿਬ ਦੀਆਂ ਆਪਣਾ ਜਿਹੜਾ ਪ੍ਰੋਗਰਾਮ ਉਹਨਾਂ ਨੇ ਉਲੀਕ ਰੱਖਿਆ, ਉਹ ਥੋੜ੍ਹੇ ਦਿਨਾਂ 'ਤੇ ਆਪਣਾ ਪ੍ਰੋਗਰਾਮ ਚਾਲੂ ਕਰਨਗੇ। ਪੰਜਾਬ ਬਹੁਤ ਵੱਡੀ ਸਟੇਟ ਹੈ, ਹਰੇਕ ਕੌਂਸਟੀਚੁਐਂਸੀ 'ਚ ਪਹੁੰਚਣ ਵਾਸਤੇ ਕੈਪਟਨ ਸਾਹਿਬ ਦੀ ਵੀ ਲੋੜ ਹੈ, ਬਾਜਵਾ ਸਾਹਿਬ ਦੀ ਲੋੜ ਹੈ, ਸਾਰੇ ਕਾਂਗਰਸ ਪਾਰਟੀ ਮਿਲ ਕੇ ਜਦੋਂ ਹਰੇਕ ਇਲਾਕੇ 'ਚ ਪਹੁੰਚਾਂਗੇ ਤਾਂ ਇਹ ਗੱਲ ਬਣੂਗੀ। ਜੇਕਰ ਮੰਗਾਂ ਨਹੀਂ ਮੰਨੀਆਂ ਤਾਂ ਕਾਂਗਰਸ ਕੀ ਰਣਨੀਤੀ ਲੈ ਕੇ? ਦੇਖੋ, ਆਹ ਰਣਨੀਤੀ ਸਾਡੀ ਤਾਂ ਰਣਨੀਤੀ ਚੱਲ ਰਹੀ ਹੈ, ਅਸੀਂ ਲੋਕਾਂ ਦੇ ਵਿੱਚ ਚੱਲੇ ਹਾਂ, ਲੋਕਾਂ 'ਚ ਗੱਲ ਲੈ ਕੇ ਜਾ ਰਹੇ ਹਾਂ, ਲੋਕ ਮਜਬੂਰ ਕਰਨਗੇ ਸਰਕਾਰ ਨੂੰ। ਸੁਨੀਲ ਜਾਖੜ ਜੀ ਨਾਲ ਅਸੀਂ ਗੱਲਬਾਤ ਕੀਤੀ। ਅੱਜ ਕਾਂਗਰਸ ਅਕਾਲੀ ਦਲ ਭਾਜਪਾ ਸਰਕਾਰ ਨੂੰ ਹਰ ਪੱਖ ਤੋਂ ਘੇਰਨ ਲਈ ਤਿਆਰ ਹੈ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਮੈਂ ਅਰਸ਼ਦੀਪ ਸਿੰਘ, ਗਲੋਬਲ ਪੰਜਾਬ TV।